ਫਿਰੋਜ਼ਪੁਰ ਦੇ ਜ਼ੀਰਾ ਦੀ ਵਾਪਰੀ ਘਟਨਾ ਮਗਰੋਂ ਅਤੇ ਉੱਥੋਂ ਦੇ MLA ਦਾ ਵੱਡਾ ਬਿਆਨ ਸਾਹਮਣੇ ਆਇਆ ਅਤੇ IPS ਅਫਸਰ ਸੌਮਿਆ ਮਿਸ਼ਰਾ ਦੀ ਇਸ ਵਾਪਰੀ ਘਟਨਾ ਬਾਰੇ ਸਟੇਟਮੈਂਟ ਆਈ। ਸੁਣੋ ਪੂਰੀ ਵੀਡੀਓ। ਪਰ ਜੋ ਅੱਜ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਰਕਰਾਂ ਵਿੱਚ ਆਦੇ ਕੀ ਕਾਰਨ ਬਣਿਆ? ਕਾਰਨ ਮੈਂ ਜੇ ਆਇਆ ਹੀ ਹਾਂ, ਹੁਣ ਬਾਹਰ ਗਿਆ ਹੋਇਆ ਸੀਗਾ, ਉਹਨਾਂ ਪਤਾ ਕਰਦਾ ਵਾ ਕੀ ਆ। ਪਰ ਗੱਲ ਤਾਂ ਮਾੜੀ ਆ, ਭਾਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ, ਗੱਲ ਮਾੜੀ ਆ। ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ, ਲੜਨਾ ਨਹੀਂ ਗਾ ਕਿਸੇ ਨੇ। ਇਲੈਕਸ਼ਨ ਤਾਂ ਆਏ ਤਾਂ ਗਏ ਅਤੇ ਆਪਾਂ ਤਾਂ ਸਾਰੇ ਇੱਥੇ ਹੀ ਰਹਿਣਾ, ਅਤੇ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ। ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ, ਭਾਈਚਾਰਾ ਬਣਾ ਕੇ ਰੱਖੋ, ਕਿਉਂਕਿ ਵੇਖੋ ਇਲੈਕਸ਼ਨ ਇਹ ਇੱਕ ਰਾਜਨੀਤੀ ਆ ਅਤੇ ਸਿਆਸੀ ਬੰਦਿਆਂ ਨੇ ਵੀ ਚਲੋ ਆਪਦਾ ਬਣਾਉਣਾ ਹੀ ਆ, ਉਹਨਾਂ ਦੇ ਮਗਰ ਨਾ ਲੱਗੋ। ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ, ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ। ਮੈਂ ਨਹੀਂ ਕਹਿੰਦਾ ਵੀ ਤੁਸੀਂ ਆਮ ਪਾਰਟੀ ਦੇ ਬੰਦੇ ਨੂੰ ਚੁਣੋ, ਤੁਸੀਂ ਕਾਂਗਰਸ। ਜਿਹੜਾ ਚੰਗਾ ਵਾ, ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ, ਜਿਹੜਾ ਹਰ ਬੰਦੇ ਦੀ ਗੱਲ ਸੁਣਦਾ, ਜਿਹੜਾ ਇਮਾਨਦਾਰ ਹੈ ਉਹਨੂੰ ਚੁਣੋ। ਕੁਲਵੀਰ ਸਿੰਘ ਜੀਰਾ ਵੱਲੋਂ ਕਿਹਾ ਜਾ ਰਿਹਾ ਕਿ ਕਾਗਜ਼ ਭਰਨ ਨੇ ਦਿੱਤੇ ਜਾ ਰਹੇ, ਕੀ ਸਮਝਦੇ ਹੋ? ਨਜਾਇਜ਼ ਤਾਂ ਬਾਈ ਜੀ, ਇਹਨੂੰ ਚੰਗਾ ਕਰ ਲਓ ਤਾਂ ਵੀ ਮਾੜਾ, ਮਾੜਾ ਕਰ ਲਓ ਤਾਂ ਵੀ ਮਾੜਾ, ਇਹਨੇ ਕਦੇ ਖੁਸ਼ ਹੋਣਾ ਹੀ ਨਹੀਂ ਗਾ। ਮੈਂ ਤਾਂ ਬੜੀ ਵਾਰੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ, ਕੀ ਫਾਇਦਾ ਕੋਈ ਮਿਲਦਾ ਐਵੇਂ ਝੂਠੀਆਂ ਅਫਵਾਹਾਂ। ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਉਹ ਤਾਂ ਸਿੱਧ ਹੋ ਹੀ ਜਾਣੇ ਆ, ਅੱਜ ਨਹੀਂ ਤੇ ਜਿੱਦਣਾ ਤੁਹਾਡੇ ਸਾਹਮਣੇ ਸਾਰਾ ਕੁਛ ਆ ਜਾਣਾ ਵਾ। ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ, ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ, ਹੈਂ ਅਤੇ ਸੱਟ ਵੱਜੀ ਆ ਤਾਂ ਤੂੰ ਗਈ ਇਹਨਾਂ ਗੋਲੀ 'ਚ, ਉੱਥੇ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ। ਮੈਂ ਗੁਰਦੁਆਰੇ ਚੜ੍ਹਦਾ ਵਾਂ, ਜੇ ਸਾਡੇ ਕਿਸੇ ਬੰਦੇ ਨੇ ਗੋਲੀ ਚਲਾਈ ਹੈ ਨਾ, ਮੈਂ ਸੌਂ ਦੇਣ ਨੂੰ ਤਿਆਰ ਹਾਂ। ਕੋਈ ਗੋਲੀ ਨਹੀਂ ਇਹਨਾਂ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ, ਇਹਨਾਂ ਨੇ ਸ਼ੁਰੂਆਤ ਕੀਤੀ ਆ। ਜਦੋਂ ਸ਼ਾਂਤ ਬਈ ਸਾਰਾ ਕੰਮ ਚੱਲ ਰਿਹਾ, ਕੀ ਲੋੜ ਆ ਆਪਾਂ ਐਵੇਂ ਆਣ ਕੇ ਨਾਰੇ ਲਾ ਕੇ ਤੂੰ ਤੂੰ ਮੈਂ ਐਵੇਂ ਕਰਦੀ ਅਤੇ ਮੁੜ ਕੇ ਇਲਜ਼ਾਮ ਲਾ ਦੇਣਾ ਜੀ ਨਰੇਸ਼ ਕਟਾਰੀਆ ਕਰਾਉਂਦਾ। ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ, ਮੈਂ ਤਾਂ ਹੁਣੇ ਅਫਸਰਾਂ ਨੂੰ ਕਹਿਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਆ, ਮੈਂ ਜਾਂਚ ਕਰਾਉਣੀ ਆ। ਡਿਵੀਜ਼ਨ ਦੇ ਵਿੱਚ ਦੋ ਪੋਲੀਟੀਕਲ ਪਾਰਟੀਜ਼ ਕੇ ਜਿਹੜੇ ਕੈਂਡੀਡੇਟ ਸੀਗੇ, ਜਿਹੜੇ ਉਹਨਾਂ ਦੇ ਨੋਮੀਨੇਸ਼ਨ ਭਰਨੇ ਆ ਰਹੇ ਸੀਗੇ, ਉਹਨਾਂ ਦੇ ਆਪਸ 'ਚ ਕਲੈਸ਼ ਹੋਇਆ ਅਤੇ ਸਟੋਨ ਪੈਲਟਿੰਗ ਹੋਈ ਹੈ। ਇਮੀਡੀਏਟਲੀ ਫਿਰੋਜ਼ਪੁਰ ਦੀ ਪੁਲਿਸ ਨੇ ਇੰਟਰਵੀਨ ਕਰਕੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ। ਹੁਣੇ ਉਹਦੇ ਉੱਪਰ ਜੋ ਵੀ ਐਕਸ਼ਨ ਐਸ ਪਰ ਲਾਅ ਬਣਦਾ ਹੈ, FIR ਦਰਜ ਹੋਣਾ ਬਣਦਾ ਹੈ, ਉਹ ਸਾਰੀ ਕਾਰਵਾਈ ਅਸੀਂ ਕਰ ਰਹੇ ਹਾਂ। ਪ੍ਰੈਜੈਂਟਲੀ ਸਿਚੁਏਸ਼ਨ ਇਜ਼ ਨੋਰਮਲ ਐਂਡ ਅੰਡਰ ਕੰਟਰੋਲ। ਬਿਲਕੁਲ, ਇਹ ਦੇਖੀਏ ਯਹਾਂ ਪੇ ਸਾਰਾ ਕੁਛ ਅੰਡਰ ਕੈਮਰਾ ਹੋਆ ਹੈ, ਐਵਰੀਥਿੰਗ ਹੈਜ਼ ਬੀਨ ਡਨ। ਉਹ ਖੁਦ ਆਪਣੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਲੈ ਕੇ ਨੋਮੀਨੇਸ਼ਨ ਫਾਈਲ ਕਰਨੇ ਆ ਰਹੇ ਸੀਗੇ। ਹਾਲਾਂਕਿ ਸਟੋਨ ਪੈਲਟਿੰਗ ਕਿਵੇਂ ਹੋਈ, ਕੀ ਹੋਈ, ਉਹ ਸਾਰੇ ਜਿੰਨੇ ਵੀ ਹੈਗੇ ਉਹ ਸਾਰੇ ਫੈਕਟਸ ਅਸੀਂ ਵੈਰੀਫਾਈ ਕਰ ਰਹੇ, ਵੀਲ ਵੈਰੀਫਾਈ ਆਲ ਐਂਗਲਸ। ਪੁਲਿਸ ਨੇ ਆਪਣਾ ਕੰਮ ਬਖੂਬੀ ਨਿਭਾਇਆ ਹੈ, ਆਗੇ ਆ ਕੇ ਉਹਨਾਂ ਨੇ ਪੂਰੀ ਇਸ ਸਿਚੁਏਸ਼ਨ ਕੋ ਕੰਟਰੋਲ ਕੀਆ ਹੈ, ਕਲੈਸ਼ ਨਾ ਹੋ ਇਸਕੇ ਲਈ ਹਰ ਪ੍ਰੀਕੋਸ਼ਨਰੀ ਮੈਜ਼ਰ ਲਿਆ ਹੈ, ਐਂਡ ਅਭੀ ਉਸ ਪੇ ਹਮ ਜੋ ਵੀ FIR ਔਰ ਬੰਤੀ ਕਾਰਵਾਈ ਹੈ ਉਹ ਵੀ ਕਰਾਂਗੇ। ਜੀ ਜੀ, ਦੇਖੀਏ ਇਸਮੇ ਪੁਲਿਸ ਕੋ ਸਿਚੁਏਸ਼ਨ ਰੋਕਨੇ ਕੇ ਲਿਏ ਜੋ ਵੀ ਉਨਕੋ ਯਹਾਂ ਪੇ ਜੋ ਸਬ ਚੀਜ਼ੇ ਲਗੀ, ਜੋ ਪ੍ਰਯਾਸ ਥੇ,
ਉਹਨਾਂ ਨੇ ਉਹ ਸਾਰੇ ਕੀ ਹੈ ਜੀ ਉਹਨਾਂ ਨੇ ਉਹ ਵੀ ਕੀਤਾ ਹੈ ਜੀ। ਇਹ ਅਭੀ ਅਸੀਂ ਪ੍ਰੀਲੀਮਿਨਰੀ ਤੌਰ ਤੇ ਯਹਾਂ ਪੇ ਦੇਖ ਰਹੇ ਨੇ, ਉਹ ਜੋ ਵੀ ਸਿਚੁਏਸ਼ਨ ਸਾਹਮਣੇ ਆਉਂਦੀ ਹੈ ਜਿਵੇਂ ਵੀ ਜੋ ਵੀ ਤੱਥ ਸਾਹਮਣੇ ਆਏਗਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਇਹ ਜਿਹੜਾ ਹੁਣ ਤੱਕ ਪਤਾ ਲੱਗਾ ਇਹਦੇ ਵਿੱਚ ਕਾਂਗਰਸ ਤੇ ਆਪ ਦੇ ਪਾਰਟੀ ਵਰਕਰਸ ਦੇ ਵਿਚਕਾਰ ਕਲੈਸ਼ ਹੋਇਆ ਸੀਗਾ ਤੇ ਸਟੋਨ ਪੈਲਟਿੰਗ ਹੋਈ ਸੀ।